ਰਾਤੀ ਤਕਰੀਬਨ 12 ਸਾਢੇ 12 ਦਾ ਟਾਈਮ ਹੈ ਇੱਕ ਵਜੇ ਦੇ ਵਿੱਚ ਕਰੀਬ ਹੈ ਨਹੀਂ ਕਿ ਨਾ ਕੋਈ ਗੱਡੀ ਤੇ ਤੇਲ ਸੁੱਟ ਕੇ ਅੱਗ ਲਾ ਕੇ ਗਿਆ ਅੱਛਾ ਜੀ ਤੇ ਪੁਲਿਸ ਨੂੰ ਰਿਪੋਰਟ ਕਰ ਸੀ ਰਿਪੋਰਟ ਦਿੱਤੀ ਰਾਤੀ ਦਾਤੀ ਆਏ ਸੀ ਕਿ ਪੀਸੀਆਰ ਵਾਲੇ ਹੁਣ ਸਵੇਰੇ ਜਾ ਕੇ ਮੈਂ ਦਰਖਾਸਤ ਦੇ ਕੇ ਆਇਆ ਲਿਖ ਕੇ ਵਗਾਦਾ ਵੀਡੀਓ ਕੋਈ ਤੁਹਾਡਾ ਲੱਗਾ ਸੀਸੀਟੀ ਕੈਮਰੇ ਜੀ ਸੀਸੀਟੀ ਕੈਮਰੇ 'ਚ ਵੀਡੀਓ ਆ ਗਈ ਸੀ ਕਿ ਫੋਟੋ ਜੀ ਅੱਛਾ ਜੀ ਉਹ ਫੋਟੋ ਜੀ ਆਪਣੇ ਕੋਲ ਹੈਗੀ ਹੈ ਉਹਨਾਂ ਨੂੰ ਵੀ ਦੇਤੀ ਹੈ ਅੱਛਾ ਜੀ ਬੰਦਾ ਮਤਲਬ ਕਿ ਫੇਸ ਬੰਨਿਆ ਹੋਇਆ ਉਹਨੇ ਪਹਿਚਾਣ 'ਚ ਆਉਂਦਾ ਬੰਦਾ ਤੁਹਾਡਾ ਕੋਲ ਪਹਿਚਾਣ 'ਚ ਭਾਈ ਹੁਣ ਦੇਖਦੇ ਹਾਂ ਅੱਜ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿਦਾਂ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਦੇਖਣ ਨੂੰ ਕਿਦਾਂ ਦਾ ਲੱਗਦਾ ਬੰਦਾ ਦੇਖਣ ਨੂੰ ਠੀਕ ਠਾਕ ਭਾਈ ਪਹਿਲੇ ਤਾਂ ਆਇਆ ਜਿੱਦਾਂ ਲੰਗੜਾ ਕੇ ਥੋੜਾ ਜਿਹਾ ਜਦੋਂ ਦੌੜਿਆ ਫਿਰ ਬੜਾ ਵਧੀਆ ਦੌੜ ਕੇ ਗਿਆ ਹੈਗਾ ਜਿੰਦਾ ਕਿ ਕਿਸੇ ਨੇ ਪ੍ਰੀ ਪਲੈਨਿੰਗ ਕਰਕੇ ਆਇਆ ਬੰਦਾ ਕਿਸੇ ਨੇ ਭੇਜਿਆ ਹੁੰਦਾ ਨਾ ਜਿੰਦਾ ਹੁਣ ਬਾਕੀ ਵੀ ਗੱਡੀਆਂ ਖੜੀਆਂ ਦੂਜੀ ਗੱਡੀ ਮੇਰੀ ਖੜੀ ਆ ਕਿਸੇ ਨੂੰ ਨਹੀਂ ਇਹਦਾ ਅੱਗੇ ਵੀ ਸ਼ੀਸ਼ਾ ਤੋੜਿਆ ਸੀਗਾ ਤੇ ਉਦੋਂ ਚਲੋ ਇਗਨੋਰ ਕਰਤਾ ਕਿ ਵੀ ਉਧਰ ਟਰੱਕ ਦਾ ਵੀ ਤੋੜਿਆ ਕੋਈ ਨਾ ਕੋਈ ਜਿੱਦਾਂ ਰਾਤ ਨੂੰ ਇੱਥੇ ਗਲੀ 'ਚ ਬੰਬ ਚਲਾ ਗਿਆ ਧਮਾਕੇ 'ਚ ਪਤਾ ਨਾ ਲੱਗੇ ਉਹ ਸਾਨੂੰ ਵੈਸੇ ਪਤਾ ਨਹੀਂ ਲੱਗਾ ਅਗਲੇ ਦਿਨ ਜਾ ਕੇ ਦੂਏ ਤੀਏ ਦਿਨ ਸਾਨੂੰ ਪਤਾ ਲੱਗਾ ਵੀ ਉਹ ਗੱਡੀ ਕਵਰ ਕੀਤੀ ਹੋਈ ਸੀਗੀ ਅਚਾਨਕ ਦੇਖਿਆ ਕਿ ਸ਼ੀਸ਼ਾ ਟੁੱਟਾ ਹੋਇਆ ਤੇ ਉਹ ਹੁਣ ਫਿਰ ਦੁਬਾਰਾ ਵਾਰਦਾਤ ਕੀਤੀ ਜਾਂਦਾ ਜੀ ਭਾਈ ਰਾਤੀ ਤਕਰੀਬਨ 12 ਸਾਢੇ 12 ਦਾ ਟਾਈਮ ਹੈ ਇੱਕ ਵਜੇ ਦੇ ਵਿੱਚ ਕਰੀਬ ਹੈ ਨਹੀਂ ਕਿ ਨਾ ਕੋਈ ਗੱਡੀ ਤੇ ਤੇਲ ਸੁੱਟ ਕੇ ਅੱਗ ਲਾ ਕੇ ਗਿਆ ਅੱਛਾ ਜੀ ਤੇ ਪੁਲਿਸ ਨੂੰ ਰਿਪੋਰਟ ਕਰ ਸੀ ਰਿਪੋਰਟ ਦਿੱਤੀ ਰਾਤੀ ਦਾਤੀ ਆਏ ਸੀ ਕਿ ਪੀਸੀਆਰ ਵਾਲੇ ਹੁਣ ਸਵੇਰੇ ਜਾ ਕੇ ਮੈਂ ਦਰਖਾਸਤ ਦੇ ਕੇ ਆਇਆ ਲਿਖ ਕੇ ਵਗਾਦਾ ਵੀਡੀਓ ਕੋਈ ਤੁਹਾਡਾ ਲੱਗਾ ਸੀਸੀਟੀ ਕੈਮਰੇ 'ਚ ਸੀਸੀਟੀ ਕੈਮਰੇ 'ਚ ਵੀਡੀਓ ਆ ਗਈ ਸੀ ਕਿ ਫੋਟੋ ਜੀ ਅੱਛਾ ਜੀ ਉਹ ਫੋਟੋ ਜੀ ਆਪਣੇ ਕੋਲ ਹੈਗੀ ਜੀ ਉਹਨਾਂ ਨੂੰ ਵੀ ਦੇਤੀ ਹੈ ਅੱਛਾ ਜੀ ਬੰਦਾ ਮਤਲਬ ਕਿ ਫੇਸ ਬੰਨਿਆ ਹੋਇਆ ਉਹਨੇ ਪਹਿਚਾਣ 'ਚ ਆਉਂਦਾ ਬੰਦਾ ਤੁਹਾਡਾ ਕੋਲ ਪਹਿਚਾਣ 'ਚ ਭਾਈ ਹੁਣ ਦੇਖਦੇ ਹਾਂ ਅੱਜ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿੱਦਾਂ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਦੇਖਣ ਨੂੰ ਕਿੱਦਾਂ ਦਾ ਲੱਗਦਾ ਬੰਦਾ ਦੇਖਣ ਨੂੰ ਠੀਕ ਠਾਕ ਭਾਈ ਪਹਿਲੇ ਤਾਂ ਆਇਆ ਜਿੱਦਾਂ ਲੰਗੜਾ ਕੇ ਥੋੜਾ ਜਿਹਾ ਜਦੋਂ ਦੌੜਿਆ ਫਿਰ ਬੜਾ ਵਧੀਆ ਦੌੜ ਕੇ ਗਿਆ ਹੈਗਾ ਜਿੰਦਾ ਕਿ ਕਿਸੇ ਨੇ ਪ੍ਰੀ ਪਲੈਨਿੰਗ ਕਰਕੇ ਆਇਆ ਬੰਦਾ ਕਿਸੇ ਨੇ ਭੇਜਿਆ ਹੁੰਦਾ ਨਾ ਜਿੰਦਾ ਹੁਣ ਬਾਕੀ ਵੀ ਗੱਡੀਆਂ ਖੜੀਆਂ ਦੂਜੀ ਗੱਡੀ ਮੇਰੀ ਖੜੀ ਆ ਕਿਸੇ ਨੂੰ ਨਹੀਂ ਇਹਦਾ ਅੱਗੇ ਵੀ ਸ਼ੀਸ਼ਾ ਤੋੜਿਆ ਸੀਗਾ ਤੇ ਉਦੋਂ ਚਲੋ ਇਗਨੋਰ ਕਰਤਾ ਕਿ ਵੀ ਉਧਰ ਟਰੱਕ ਦਾ ਵੀ ਤੋੜਿਆ ਕੋਈ ਨਾ ਕੋਈ ਜਿੱਦਾਂ ਰਾਤ ਨੂੰ ਇੱਥੇ ਗਲੀ 'ਚ ਬੰਬ ਚਲਾ ਗਿਆ ਧਮਾਕੇ 'ਚ ਪਤਾ ਨਾ ਲੱਗੇ ਉਹ ਸਾਨੂੰ ਵੈਸੇ ਪਤਾ ਨਹੀਂ ਲੱਗਾ ਅਗਲੇ ਦਿਨ ਜਾ ਕੇ ਦੂਏ ਤੀਏ ਦਿਨ ਸਾਨੂੰ ਪਤਾ ਲੱਗਾ ਵੀ ਉਹ ਗੱਡੀ ਕਵਰ ਕੀਤੀ ਹੋਈ ਸੀਗੀ ਅਚਾਨਕ ਦੇਖਿਆ ਕਿ ਸ਼ੀਸ਼ਾ ਟੁੱਟਾ ਹੋਇਆ ਤੇ ਉਹ ਹੁਣ ਫਿਰ ਦੁਬਾਰਾ ਵਾਰਦਾਤ ਕੀਤੀ ਜਾਂਦਾ ਜੀ ਭਾਈ ਰਾਤੀ ਤਕਰੀਬਨ 12 ਸਾਢੇ 12 ਦਾ ਟਾਈਮ ਹੈ ਇੱਕ ਵਜੇ ਦੇ ਵਿੱਚ ਕਰੀਬ ਹੈ ਨਹੀਂ ਕਿ ਨਾ ਕੋਈ ਗੱਡੀ ਤੇ ਤੇਲ ਸੁੱਟ ਕੇ ਅੱਗ ਲਾ ਕੇ ਗਿਆ ਅੱਛਾ ਜੀ ਤੇ ਪੁਲਿਸ ਨੂੰ ਰਿਪੋਰਟ ਕਰ ਸੀ ਰਿਪੋਰਟ ਦਿੱਤੀ ਰਾਤੀ ਦਾਤੀ ਆਏ ਸੀ ਕਿ ਪੀਸੀਆਰ ਵਾਲੇ ਹੁਣ ਸਵੇਰੇ ਜਾ ਕੇ ਮੈਂ ਦਰਖਾਸਤ ਦੇ ਕੇ ਆਇਆ ਲਿਖ ਕੇ ਵਗਾਦਾ ਵੀਡੀਓ ਕੋਈ ਤੁਹਾਡਾ ਲੱਗਾ ਸੀਸੀਟੀ ਕੈਮਰੇ 'ਚ ਸੀਸੀਟੀ ਕੈਮਰੇ 'ਚ ਵੀਡੀਓ ਆ ਗਈ ਸੀ ਕਿ ਫੋਟੋ ਜੀ ਅੱਛਾ ਜੀ ਉਹ ਫੋਟੋ ਜੀ ਆਪਣੇ ਕੋਲ ਹੈਗੀ ਜੀ ਉਹਨਾਂ ਨੂੰ ਵੀ ਦੇਤੀ ਹੈ ਅੱਛਾ ਜੀ ਬੰਦਾ ਮਤਲਬ ਕਿ ਫੇਸ ਬੰਨਿਆ ਹੋਇਆ ਉਹਨੇ ਪਹਿਚਾਣ 'ਚ ਆਉਂਦਾ ਬੰਦਾ ਤੁਹਾਡਾ ਕੋਲ ਪਹਿਚਾਣ 'ਚ ਭਾਈ ਹੁਣ ਦੇਖਦੇ ਹਾਂ ਅੱਜ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿੱਦਾਂ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਦੇਖਣ ਨੂੰ ਕਿੱਦਾਂ ਦਾ ਲੱਗਦਾ ਬੰਦਾ ਦੇਖਣ ਨੂੰ ਠੀਕ ਠਾਕ ਭਾਈ ਪਹਿਲੇ ਤਾਂ ਆਇਆ ਜਿੱਦਾਂ ਲੰਗੜਾ ਕੇ ਥੋੜਾ ਜਿਹਾ ਜਦੋਂ ਦੌੜਿਆ ਫਿਰ ਬੜਾ ਵਧੀਆ ਦੌੜ ਕੇ ਗਿਆ ਹੈਗਾ ਜਿੰਦਾ ਕਿ ਕਿਸੇ ਨੇ ਪ੍ਰੀ ਪਲੈਨਿੰਗ ਕਰਕੇ ਆਇਆ ਬੰਦਾ ਕਿਸੇ ਨੇ ਭੇਜਿਆ ਹੁੰਦਾ ਨਾ ਜਿੰਦਾ ਹੁਣ ਬਾਕੀ ਵੀ ਗੱਡੀਆਂ ਖੜੀਆਂ ਦੂਜੀ ਗੱਡੀ ਮੇਰੀ ਖੜੀ ਆ ਕਿਸੇ ਨੂੰ ਨਹੀਂ ਇਹਦਾ ਅੱਗੇ ਵੀ ਸ਼ੀਸ਼ਾ ਤੋੜਿਆ ਸੀਗਾ ਤੇ ਉਦੋਂ ਚਲੋ ਇਗਨੋਰ ਕਰਤਾ ਕਿ ਵੀ ਉਧਰ ਟਰੱਕ ਦਾ ਵੀ ਤੋੜਿਆ ਕੋਈ ਨਾ ਕੋਈ ਜਿੱਦਾਂ ਰਾਤ ਨੂੰ ਇੱਥੇ ਗਲੀ 'ਚ ਬੰਬ ਚਲਾ ਗਿਆ ਧਮਾਕੇ 'ਚ ਪਤਾ ਨਾ ਲੱਗੇ ਉਹ ਸਾਨੂੰ ਵੈਸੇ ਪਤਾ ਨਹੀਂ ਲੱਗਾ ਅਗਲੇ ਦਿਨ ਜਾ ਕੇ ਦੂਏ ਤੀਏ ਦਿਨ ਸਾਨੂੰ ਪਤਾ ਲੱਗਾ ਵੀ ਉਹ ਗੱਡੀ ਕਵਰ ਕੀਤੀ ਹੋਈ ਸੀਗੀ ਅਚਾਨਕ ਦੇਖਿਆ ਕਿ ਸ਼ੀਸ਼ਾ ਟੁੱਟਾ ਹੋਇਆ ਤੇ ਉਹ ਹੁਣ ਫਿਰ ਦੁਬਾਰਾ ਵਾਰਦਾਤ ਕੀਤੀ ਜਾਂਦਾ ਜੀ